chocolate sauce. ਆ ਮੈਂ ਜੀ ਰੈਪ ਖਾਵਾਂਗੇ ਵਧੀਆ ਜਿਹਾ ਆਹ ਹਾਰਨ ਤਾਂ ਵਜਾ ਹੀ ਦਿੱਤਾ ਭਾਈ ਹੋਰਾਂ ਜੀ ਹਵਾ ਨੂੰ ਖਾ ਰਹੇ ਚੱਲ ਕਿਹੜੇ ਲੱਗਦੇ ਪਾਕਿਸਤਾਨ ਹੈ ਭਾਈ ਰੇਡੀ ਚੱਲ ਰਹੀ ਹੈ ਚੀਜ਼ਾਂ ਉਹ ਸੀ ਸਾਡਾ ਛੋਟਾ ਕਿਤੇ ਗਵਾਚ ਹੀ ਨਾ ਜਾਏ ਅੱਖ ਰੱਖਣੀ ਪਏਗੀ ਦੇਖੋ ਸ਼ੀਸ਼ ਕਬਾਬ ਸਾਹਮਣੇ ਜੀ ਕਿਆ ਜ਼ਬਰਦਸਤ ਜਿੱਧਰ ਵੀ ਜਾਓਗੇ ਰਸ਼ ਹੀ ਰਸ਼ ਲੱਗਾ ਮਜ਼ਾ ਆ ਰਿਹਾ ਹੈ ਸਾਨੂੰ ਤੇ ਆ ਰਿਹਾ ਖੁਸ਼ਬੂ ਬੜੀ ਸੋਹਣੀ ਜੀ ਇੱਥੇ ਆ ਜੀ ਮਾਸ਼ਾਅੱਲਾ ਜੀ ਵੇਖ ਲਓ ਜੀ ਭਾਈ ਹੋਰਾਂ ਜੀ ਗੁੱਡੇ ਛੁੱਡੇ ਵੇਚ ਰਹੇ ਨੇ ਜਿਵੇਂ ਆਪਣੇ ਮੇਲਿਆਂ ਤੇ ਹੁੰਦਾ ਨਾ ਨਾਲ ਸਫਾਈ ਕਰਨ ਵਾਲੇ ਉਹ ਵੀ ਨਾਲ ਨਾਲ ਨੇ ਗੰਦ ਨਹੀਂ ਪੈ ਜਾਂਦਾ ਮਾਸ਼ਾਅੱਲਾ ਜੀ ਫੈਮਿਲੀ ਡੇ ਆਊਟ ਇੰਜੋਏ ਫੁੱਲ ਮਾਹੌਲ ਹੈ ਜੀ Sir, what's this? Chicken loaded fries. Chicken loaded fries. Lata baldiyan gadiyan soniyan lagdiyan ne aise rakhe jande re ji. Mini pancakes. Mini pancakes. ਅਸਲਾਮ ਅਲੈਕੁਮ ਜੀ ਉਮੀਦ ਕਰਦਾ ਤੁਸੀਂ ਸਾਰੇ ਖਰੀਏ ਨਾਲ ਲੱਭਗੇ ਵਧੀਆ ਹੋ ਗਏ ਅਤੇ ਮਾਸ਼ਾਅੱਲਾ ਜੀ ਸੂਰਜ ਅੱਜ ਬਾਹਰੋਂ ਨੇ ਬੜਾ ਸੋਹਣਾ ਲੱਗ ਰਿਹਾ ਅਤੇ ਬੜਾ ਲਿਸ਼ਕਾਰੇ ਮਾਰ ਰਿਹਾ ਵੈਸੇ ਆਪਸ ਦੀ ਗੱਲ ਹੈ ਠੰਡ ਬੜੀ ਟਕਾ ਕੇ ਪੈ ਰਹੀ ਹੈ ਅਤੇ ਬੇਟਾ ਜੀ ਕਹਿੰਦੇ ਸੀ ਜਾ ਤੁਹਾਨੂੰ ਸਾਰਿਆਂ ਨੂੰ ਅਸੀਂ ਬਾਹਰ ਲੈ ਕੇ ਚੱਲਦੇ ਹਾਂ ਜੀ ਸੈਰ ਕਰਾਉਂਦੇ ਮੈਂ ਥੈਂਕ ਯੂ ਜੋ ਸੋ ਮਚ ਜਨਾਬ ਕਹਿੰਦੇ ਤੁਸੀਂ ਹਰ ਟਾਈਮ ਘਰ ਹੀ ਬੜੇ ਰਹਿੰਦੇ ਹੋ ਤੁਹਾਨੂੰ ਕੱਢੀਏ ਬਾਹਰ ਨਾ ਬਾਹਰ ਦਾ ਮਾਹੌਲ ਵਿਖਾਈਏ ਅਤੇ ਕਹਿੰਦਾ ਜੀ ਤੁਹਾਨੂੰ ਕਿਤੇ ਫਿਰਨ ਟੁਰਾਂਗੇ ਅਤੇ ਫਿਰ ਸ਼ਾਮ ਨੂੰ ਘਰ ਵਾਪਸ ਲੈ ਕੇ ਆਵਾਂਗੇ ਕੀ ਖਿਆਲ ਹੈ ਤੁਹਾਨੂੰ ਵੀ ਲੈ ਚੱਲੀਏ ਫਿਰ ਆਪਣੇ ਟੱਬਰ ਦੇ ਨਾਲ ਚਲੋਗੇ ਨਹੀਂ ਆਵਾਜ਼ ਨਹੀਂ ਆਈ ਅੱਛਾ ਚਲੋਗੇ ਠੀਕ ਬੋਸ ਵੀ ਸਾਡੇ ਤਿਆਰ ਹੋ ਗਏ ਨੇ ਬਕਸਾ ਸ਼ਕਸਾ ਬੋਸ ਵੀ ਪੈਸਿਆਂ ਨਾਲ ਭਰਿਆ ਕਿ ਕੋਈ ਨਹੀਂ ਪੈਸਿਆਂ ਨਾਲ ਭਰਿਆ ਹੋਇਆ ਕੀ ਆ ਸਾਡ ਮਾਈ ਚਲ ਲਾ ਜੀ ਆ ਗਿਆ ਫੈਸਲ ਸਾਹਿਬ ਕਿੱਧਰ ਜਾ ਰਹੇ ਮੈਨਚੈਸਟਰ ਮੈਨਚੈਸਟਰ ਟੂਡੇ ਲਾ ਜੀ ਫੈਸਲ ਕਹਿੰਦਾ ਸੀ ਮੈਨਚੈਸਟਰ ਲੈ ਕੇ ਜਾਣਾ ਚਲ ਜੁੱਤੇ ਛੁੱਤੇ ਲਾ ਫਿਰ ਚੱਲੀਏ ਨਹਿਰ ਵੀ ਬੜੀ ਵਧੀਆ ਜੀ ਹਾਂ ਜੀ ਵੇਖ ਲੋ ਨਹਿਰ ਦਾ ਵੀ ਨਜ਼ਾਰਾ ਸਾਰਾ ਨਾਲ ਤੇ ਫੈਸਲ ਸਾਹਿਬ ਲੱਗਦਾ ਰੋਡ ਅੱਗੇ ਬੰਦ ਹੀ ਹੈ ਜੀ ਗੱਡੀਆਂ ਉਧਰੋਂ ਵਾਪਸ ਆ ਰਹੀਆਂ ਨੇ ਲਓ ਜੀ ਸੜਕ ਹੀ ਬੰਦ ਕੀਤੀ ਹੈ ਇਹਨਾਂ ਦਾ ਆਲਮਾਂ ਚਲੋ ਨਹਿਰ ਦਾ ਨਜ਼ਾਰਾ ਲੈ ਰਹੇ ਹੋ ਅੱਜ ਫਿਰ ਓਹੋ ਸੜਕ ਵੀ ਬੰਦ ਹੋ ਗਈ ਪ੍ਰੋਗਰਾਮ ਤੇ ਅੱਜ ਫਿਰ ਕਹਿੰਦੇ ਨਹੀਂ ਵੜ ਗਿਆ ਚਲੋ ਜੀ ਸੋ ਫਾਰ ਸਾਡੀ ਜਰਨੀ ਦਾ ਆਗਾਜ਼ ਹੀ ਬੜਾ ਪੁੱਠਾ ਜਿਹਾ ਹੋਇਆ ਅੱਗੇ ਉਹਨਾਂ ਸੜਕ ਹੀ ਬੰਦ ਕੀਤੀ ਹੈ ਤੇ ਤੁਹਾਡਾ ਅਜੇ ਟ੍ਰਿਪ ਸਕਸੈਸਫੁਲ ਨਹੀਂ ਹੋਣਾ ਹੁਣ ਅਸੀਂ ਹੋਰ ਕਿਧਰੋਂ ਗੱਡੀ ਫੇਰ ਫੂੜ ਕੇ ਨਾ ਉਹ ਕਹਿੰਦਾ ਵਾਹੀਆਂ ਵਿੱਚੋਂ ਕੱਢਣ ਲੱਗੇ ਜਨਾਬ ਪਹਾੜੀ ਤੋਂ ਥੱਲੇ ਲੈਂਦੇ ਜਾ ਰਹੇ ਆ ਓਏ ਹੋਏ ਹੋਏ ਸਾਹਿਬ ਆਰਾਮ ਨਾਲ ਉਹ ਪਹਾੜੀ ਤੇ ਜਾਣਾ ਟੁਰਦੇ ਫਿਰਦੇ ਖਾਈਆਂ ਦੇ ਵਿੱਚੋਂ ਖਤਰਨਾਕ ਰੋਡ ਨੇ ਜੀ ਖਤਰਨਾਕ ਰੋਡ ਹਾਰਡ ਵੇਖੋ ਨਾ ਕਿਆ ਬਾਤ ਹੈ ਜਨਾਬ ਕਿੰਨਾ ਸੋਹਣਾ ਜਿਹਾ ਵਿਊ ਹੈ ਜੀ ਗੱਡੀ ਸਾਡੀ ਜਾ ਰਹੀ ਹੈ ਪਾਣੀ ਤੋਂ ਚਲੋ ਇਸੇ ਬਹਾਨੇ ਰੋਡ ਬੰਦ ਹੁੰਦੀ ਮੇਰੇ ਨਾਲ ਮਾਸ਼ਾਅੱਲਾ ਜੀ ਵੇਖ ਲਓ ਜੀ ਕਿੰਨੀ ਸੋਹਣੀ ਲੇਕ ਹੈ ਤੇ ਬੋਟ ਵੀ ਉਹ ਫਿਰ ਰਹੀ ਹੈ ਕਿੰਨੀ ਵਧੀਆ ਜੀ ਹੈ ਜੀ ਆ ਤੁਹਾਨੂੰ ਵਧੀਆ ਵਜੇ ਦੇ ਨਜ਼ਾਰੇ ਅਸੀਂ ਰਾਹ ਭੁੱਲ ਗਏ ਹਾਂ ਤੇ ਫਿਰ ਨਜ਼ਾਰੇ ਵੇਖਦੇ ਜਾ ਰਹੇ ਹਾਂ ਹੋਲਿੰਗਵਰਥ ਲੇਕ ਹੈ ਜੀ ਲੋਕ ਮੇਰਾ ਖਿਆਲ ਹੈ ਕਾਫੀ ਦੂਰ ਦੂਰ ਤੋਂ ਆਉਂਦੇ ਨੇ ਬਹੁਤ ਜੀ ਇੱਧਰ ਹੀ ਨਾ ਚੱਲੀਏ ਆ ਜਾਓ ਲੇਕ ਤੇ ਬੋਟ ਤੇ ਬਵਾਂਗੇ ਹਾਂਜੀ ਫੈਸਲ ਸਾਹਿਬ ਇੱਧਰ ਹੀ ਲੈ ਚੱਲਦੇ ਆ ਨਾਮ ਹੈ ਫੋਰ ਡੈਸਟੀਨੇਸ਼ਨ ਵੀ ਨਹੀਂ ਗੈਟ ਟੂ ਅੱਛਾ ਵੈਸੇ ਹੈ ਤੇ ਫੈਸਲ ਸਾਹਿਬ ਕਿੱਧਰ ਆ ਗਿਆ ਹੁਣ ਔਰ ਆਨ ਦ ਮੋਟਰਵੇ ਫਾਈਨਲੀ ਹਾਂਜੀ ਮੋਟਰਵੇ ਫੈਸਲ ਫੇਰ ਕੇ ਨਾ ਲੈਂਦਾ ਜੀ ਮੋਟਰਵੇ ਮੈਂ ਤਾਂ ਕਿਹਾ ਸੀ ਫੇਰ ਕੇ ਘਰ ਹੀ ਜਾਵਾਂਗੇ ਜਿੱਥੇ ਗਏ ਆ ਰਸਤੇ ਹੀ ਬੰਦ ਤੇ ਫਾਈਨਲੀ ਜੀ ਕੰਮ ਤੇ ਹੋ ਗਿਆ ਲੇਟ ਚਲੋ ਵੇਖਦੇ ਆ ਫਿਰ ਕੀ ਬਣਦਾ ਹੈ ਮੋਟਰਵੇ ਤੇ ਫਿਲਹਾਲ ਤੇ ਕੁਆਇਟ ਅਸੀਂ ਪਹੁੰਚੇ ਆ ਜਨਾਬ ਮੈਨਚੈਸਟਰ ਦੇ ਅੰਦਰ ਇੰਤਜ਼ਾਰ ਕਰ ਲੋ ਇਹਨਾਂ ਲੱਤਾਂ ਦਰਦ ਕਰਨਗੀਆਂ ਪਤਾ ਇੰਜ ਲੱਗਦੀ ਜਿਵੇਂ ਪਾਕਿਸਤਾਨ ਵਾਲੇ ਮਾਹੌਲ ਹੈ ਨਾ ਉਂਝ ਹੀ ਲਿਫਟ ਦਰਵਾਜ਼ੇ ਵੀ ਭੰਨ ਦਿੱਤੇ ਨੇ ਕਿਸੇ ਚੱਲ ਫੈਸਲ ਸ਼ਾਇਦ ਓਕੇ ਚਲੋ 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 ਚਲੋ
ਮਸੀ ਚਾਰ ਬੰਦੇ ਆਏ ਆ ਲਿਫਟ ਚ ਫੈਸਲ ਲੈ ਕਰ ਦੇ ਫੈਸਲ ਇਹਦਾ ਇੱਥੇ ਡੱਕੇ ਜਾਈਏ ਟਾਈਟ ਸਪੇਸ ਟਾਈਟ ਸਪੇਸ ਵੈਰੀ ਟਾਈਟ ਸਪੇਸ It says Max people eight. Is it my bag? Max people eight. But you can't fit eight in. You can eat in. Is that it? No. Oh, close na jaye. Aisi talle jana hai. Finally, khul gayi. Chalo ji. Aajo aajo. MashaAllah ji. Aaye hai hai. Shukr hai. Itne bahar aisi aa gaye hain ji. ਮੈਨੂੰ ਸੀ ਪਤਾ ਆਪਣਾ ਖਲੋਂਦੀ ਹੈ ਆ ਕੇ ਲਿਫਟ ਟਾਊਨ ਦੇ ਸ਼ਾਪਿੰਗ ਸੈਂਟਰ ਦੇ ਅੰਦਰ ਚਲ ਬਈ ਫੈਸਲ ਫੈਸਲ ਵਿਚ ਵੇ ਗੋਇੰਗ ਚੱਲ ਜਿਹੜੇ ਪਾਸੇ ਵੀ ਹੈ ਚਲੋ ਬਹੁਤ ਜੀ ਸ਼ਾਪਿੰਗ ਸੈਂਟਰ ਬਹੁਤ ਵੱਡਾ ਐਕਸਿਟ ਵੇਖੋ ਨਾ ਜੀ ਲੋਕ ਆ ਜਾ ਰਹੇ ਨੇ ਇੱਧਰ ਤੁਹਾਨੂੰ ਤਾਂ ਪਤਾ ਕੋਈ ਨਹੀਂ ਮਾਸ਼ਾਅੱਲਾ ਜੀ ਤੋਪੇ ਬਾਹਰ ਕਿੱਧਰ ਜਾਣਾ ਜੀ ਪਤਾ ਨਹੀਂ ਕਿੱਥੇ ਆ ਗਏ ਆ ਪਤਾ ਸਾਨੂੰ ਵੀ ਕੋਈ ਨਹੀਂ ਮੈਨਚੈਸਟਰ ਦੀਆਂ ਗਲੀਆਂ ਵੇਖਣ ਆ ਗਏ ਅਸੀਂ ਉਹ ਮਾਸ਼ਾਅੱਲਾ ਬੜੀਆਂ ਸੋਹਣੀਆਂ ਸੋਹਣੀਆਂ ਬੱਸਾਂ ਜਾ ਰਹੀਆਂ ਨੇ ਇਸ ਸਾਈਡ ਤੇ ਜੀ ਕਿਸ ਸਾਈਡ ਤੇ ਜਾਣਾ ਉਸ ਸਾਈਡ ਤੇ ਜਾਣਾ ਨਿੱਕਾ ਕਹਿੰਦਾ ਜੀ ਉਸ ਅਸੀਂ ਫੈਸਲ ਨੂੰ ਫੋਲੋ ਕਰਦੇ ਜਾ ਰਹੇ ਹਾਂ ਆਏ ਹਾਏ ਬੱਸ ਵੀ ਆ ਗਈ ਚਲੋ ਜੀ ਟਰੰਪ ਨਹੀਂ ਆ ਰਹੀ ਫਿਲਹਾਲ ਟਰੰਪ ਵਾਲਾ ਮਾਹੌਲ ਇੱਥੇ ਬਣਿਆ ਹੀ ਕੋਈ ਨਹੀਂ ਬਿਲਕੁਲ ਹਾਏ ਹਾਏ ਮਾਸ਼ਾਅੱਲਾ ਜੀ ਬੜਾ ਸੋਹਣਾ ਜਿਹਾ ਮੌਸਮ ਹੈ ਇੱਥੇ ਦਾ ਨਾ ਠੰਡ ਛੰਡ ਇਤਨੀ ਨਹੀਂ ਹੈ ਸਾਡੇ ਇਲਾਕੇ ਤੁਹਾਨੂੰ ਪਤਾ ਠੰਡ ਵਾਹ ਵਾਹ ਹੀ ਹੁੰਦੀ ਹੈ ਜੀ ਬੌਸ ਮੇਰਾ ਅੱਗੇ ਅਤੇ ਨਾਲ ਫੈਸਲ ਆਦਾ ਜੀ ਤੁਹਾਨੂੰ ਸੈਰਾਂ ਕਰਾਉਂਦੇ ਹਾਂ ਮੈਨਚੈਸਟਰ ਦੀਆਂ ਗਲੀਆਂ ਫੇਰਦੇ ਹਾਂ ਮੈਂ ਕਿਹਾ ਚਲੋ ਇਸੇ ਬਹਾਨੇ ਅਸੀਂ ਵੀ ਫਿਰ ਟੁਰ ਲਾਂਗੇ ਮਾਹੌਲ ਵੇਖ ਲਾਂਗੇ ਆਵੇ ਫੈਸਲ ਕਿੱਧਰ ਜਾਣਾ ਭਾਈਜਾਨ ਰਾਹ ਦੇ ਦਿਓ ਆਦਾ ਠੀਕ ਹੈ ਟੁਰ ਜਾਓ ਥੈਂਕ ਯੂ ਵੈਰੀ ਮਚ ਜਨਾਬ ਰਾਹ ਦੇਣ ਵਾਸਤੇ ਸਿਗਨਲ ਹੋ ਗਿਆ ਤੇ ਜਿਹੜਾ ਭਾਈ ਉਹਨਾਂ ਦਾ ਕਮਾਲ ਤੇ ਹੈ ਕੋਈ ਨਹੀਂ ਕਦੇ ਲੈਫਟ ਕਦੇ ਰਾਈਟ ਕਦੇ ਇੱਧਰ ਕਦੇ ਉੱਧਰ ਬਹੁਤ ਵਧੀਆ ਜਿਹਾ ਮਾਹੌਲ ਹੈ ਮਾਸ਼ਾਅੱਲਾ ਜੀ ਪਹਿਲੀ ਦਫਾ ਹੀ ਆਇਆ ਮੈਂ ਬਾਜ਼ਾਰਾਂ 'ਚ ਇੱਥੇ ਪਹਿਲੇ ਜੀ ਕਿਹੜੇ ਪਾਸੇ ਜਾਣਾ ਬਸ ਹੈ ਫੈਸਲਾ ਇਹ ਦੇਖੋ ਜੀ ਇਹ ਜੀ ਮੈਨਚੈਸਟਰ ਜਿੱਥੇ ਵੀ ਜਾਓਗੇ ਤੁਹਾਨੂੰ ਵਧੀਆ ਵਧੀਆ ਜਿਹੀਆਂ ਚੀਜ਼ਾਂ ਮਿਲਣਗੀਆਂ ਅਤੇ ਰੌਣਕ ਮੇਲਾ ਮਾਸ਼ਾਅੱਲਾ ਬੜਾ ਸੋਹਣਾ ਲੱਗਾ ਜਨਾਬ ਹੈ ਵੇਖ ਲਓ ਇੱਧਰ ਸਾਡੀ ਆਵਾਮ ਕਹਿੰਦੀ ਉੱਧਰ ਜਾਣਾ ਮੈਂ ਕਿਹਾ ਚਲੋ ਜੀ ਅਸੀਂ ਰੌਣਕ ਮੇਲਾ ਹੀ ਵੇਖਣ ਆਏ ਹਾਂ ਦੇਖੋ ਨਾ ਜੀ ਕਿਆ ਜ਼ਬਰਦਸਤ ਹੈ ਲਓ ਜੀ ਵੇਖ ਲਓ ਜੀ ਖਾਣ ਪੀਣ ਦੇ ਵੀ ਸਟਾਲ ਵਾਹ ਵਾਹ ਹੀ ਲੱਗੇ ਨੇ ਵਧੀਆ ਜਿਹਾ ਖਾਣ ਪੀਣ ਦੇ ਪੈਸੇ ਦਾ ਕੋਈ ਖਾਣਾ ਪੀਣਾ ਬਹੁਤ ਜ਼ਿਆਦਾ ਰਸ਼ ਹੈ ਆਪਣੀ ਆਵਾਮ ਨੂੰ ਵੇਖਣਾ ਪਏਗਾ ਨਹੀਂ ਤੇਰੇ ਗਾਇਬ ਹੀ ਨਾ ਹੋ ਜਾਈਏ ਇੱਥੇ ਕਿਧਰੇ ਇੱਧਰ ਵੀ ਖਾਣ ਪੀਣ ਵਾਲੇ ਵੇਖ ਲਓ ਸਟੋਲ ਇੱਧਰ ਮੈਂ ਕਿਹਾ ਕੋਈ ਚਿਪਸ ਚਿਪਸ ਵੇਚ ਰਹੇ ਨੇ ਜੀ ਕਿਊ ਦੇ ਅੰਦਰ ਇੱਧਰ ਵੀ ਕੋਈ ਖਾਣੇ ਵਾਹ ਵਾਹ ਨੇ ਇੱਧਰ ਵੀ ਕਿਊ ਲੱਗਾ ਹੈ ਕਹਿੰਦੇ ਜੀ ਵਾਹ ਵਾਹ ਖਾਣੇ ਤੁਹਾਨੂੰ ਦਿਆਂਗੇ ਮੈਨੂੰ ਪਤਾ ਨਹੀਂ ਹਲਾਲ ਵਾਲੇ ਖਾ ਦੇਣੇ ਜੀ ਆ ਦੂਸਰੇ ਖਾਣੇ ਨੇ ਇਹ ਦੇਖੋ ਨਾ ਜੀ ਮੋਟੀਆਂ ਛੋਟੀਆਂ ਤਿੱਕੇ ਛਿੱਕੇ ਤਲੇ ਜਾ ਰਹੇ ਨੇ ਕਿੰਨੇ ਸੋਹਣੇ ਸੋਹਣੇ ਆ ਜੀ ਲਓ ਜੀ ਟਰਾਮ ਵੀ ਜਾ ਰਹੀ ਹੈ ਸਾਡਾ ਇਹ ਦੇਖੋ ਨਾ ਕਿਆ ਬਾਤ ਹੈ ਜਨਾਬ ਜਿੱਧਰ ਵੀ ਜਾਓਗੇ ਨਾ ਰਸ਼ ਹੀ ਰਸ਼ ਲੱਗਾ ਜੀ ਸਾਡਾ ਬੌਸ ਅੱਗੇ ਤੇ ਫੈਸਲ ਪਿੱਛੇ ਹਾਂਜੀ ਆਹ ਦੇਖੋ ਜਿੱਧਰ ਵੀ ਜਾਓਗੇ ਇੱਧਰ ਕੋਈ ਖਾਣ ਪੀਣ ਵਾਲੀਆਂ ਚੀਜ਼ਾਂ ਨੇ They go green food and they go green thing over here as well.
ਬਸ ਦੇ ਸੈਲਿੰਗ ਐਨੀ ਪਕੌੜੇ ਸਮੋਸੇ ਰਾਤ ਬਗੀ ਨਹੀਂ ਆਰ ਯੂ ਮੈਨ ਸੀ ਆਈ ਨੋ ਸੀ ਨੋ ਪਕੌੜੇ ਸਮੋਸੇ ਆਈ ਸੋ ਰੇਟ ਮਾਈ ਸਟਮਕ ਵਾਸ ਆਲਰੇਡੀ ਰੰਬਲਿੰਗ ਤੇ ਕੋ ਪਕੌੜੇ ਸਮੋਸੇ ਯੇ ਵਾਈ ਡੂ ਯੂ ਨੀਡ ਟੂ ਆਲਵੇਸ ਈਟ ਪਕੌੜੇ ਸਮੋਸੇ ਦੇ ਹੈਵ ਸਮਥਿੰਗ ਐਲਸ ਚਲੋ ਕੋਈ ਹੋਰ ਸ਼ੈ ਖਾ ਗਿਆਂਗੇ ਚਲੋ ਕੋਈ ਖਾਈਏ ਪਈਏ ਪਹਿਲੇ ਨਾ ਭੁੱਖ ਲੱਗੀ ਹੈ ਫਿਰ ਕੋਈ ਹੋਰ ਕੰਮ ਹੋਏਗਾ ਜਿੱਥੇ ਵੀ ਜਾਓਗੇ ਰਸ਼ ਹੀ ਰਸ਼ ਲੱਗਾ ਹੈ ਜੀ ਬੜੇ ਲੋਕ ਦੂਰ ਦੂਰ ਤੋਂ ਇੱਥੇ ਇੰਜੋਏ ਕਰਦੇ ਆ ਰਹੇ ਨੇ ਮੈਂ ਕਿਹਾ ਜੀ ਅਸੀਂ ਵੀ ਇੰਜੋਏ ਕਰ ਲਈਏ ਕੀ ਗਿਆ ਬਹੁਤ ਜੀ ਹੁਣ ਆ ਗਏ ਅਸੀਂ ਵਾਪਸ ਕਿਊ ਵਾਲੇ ਪਾਸੇ ਜਿਹੜਾ ਵੀ ਹੈ ਕਿਹੜੀ ਸਾਈਡ ਸੀ ਅਗਲੀ ਸਾਈਡ ਨਹੀਂ ਸੀ ਇਹਦਾ ਦਿਸ ਸਾਈਡ ਇਹ ਸਾਹਮਣੇ ਇਹ ਤਾਂ ਨਹੀਂ ਸੀ ਸਾਈਡ ਉਸ ਕਹਿੰਦਾ ਜੀ ਇਹੀ ਸਾਈਡ ਸੀ ਖਾਣ ਪੀਣ ਵਾਲੀ ਇਹ ਮੈਨਿਊ ਵਾਲਾ ਹਾਲ ਹੈ ਇਹ ਇੱਥੋਂ ਲੈ ਲੈਂਦੇ ਇਹਨਾਂ ਕੋਲੋਂ ਇਹ ਦੇਖੋ ਜੀ ਖਾਣ ਪੀਣ ਵਾਲਾ ਸਟੋਲ ਉਹ ਜੀ ਕੀ ਲਈਏ ਹਾਂਜੀ ਚਿਕਨ ਰੈਪ ਬਹੁਤ ਕਹਿ ਜੀ ਲੈ ਲਓ ਵੇਖ ਲਓ ਜੀ ਕਰੀਆਂ ਸਾਹਮਣੇ ਲੱਗੀਆਂ ਨੇ ਕਿੰਨੀਆਂ ਸੋਹਣੀਆਂ ਸੋਹਣੀਆਂ ਜੀ ਇਹ ਦੇਖੋ ਸਾਹਮਣੇ ਕਿੰਨਾ ਜ਼ਬਰਦਸਤ ਜਿਹਾ ਕਾਊਂਟਰ ਲੱਗਾ ਮਜ਼ਾ ਆ ਰਿਹਾ ਹੈ ਸਾਨੂੰ ਤੇ ਆ ਰਿਹਾ ਖੁਸ਼ਬੂ ਬੜੀ ਸੋਹਣੀ ਜੀ ਇੱਥੇ ਹੈ ਜੀ ਇਹ ਵੇਖ ਲਓ ਮਾਸ਼ਾਅੱਲਾ ਭਾਈ ਹੋਰਾਂ ਕਹਿੰਦੇ ਚਿਕਨ ਟਿੱਕਾ ਹੈ ਜੀ ਕਿਆ ਜ਼ਬਰਦਸਤ ਲੱਗਦੇ ਆ ਸ਼ਕਲ ਹੀ ਬੜੀ ਵਧੀਆ ਤੇ ਸਾਰੇ ਲੋਕ ਇੱਥੇ ਇੰਜੋਏ ਕਰ ਰਹੇ ਨੇ ਜੀ ਖਾਣੇ ਉਹ ਵੀ ਦੇਸੀ ਖਾਣੇ ਹੁਣ ਇੰਜੋਏ ਤਾਂ ਕਰਨਗੇ ਬਹੁਤ ਜੀ ਕਾਫੀ ਹੋਏਗਾ ਹੋਰ ਵੀ ਲੈ ਲਈਏ ਇਹੀ ਨਫ਼ ਹੈ ਚਲੋ ਜੀ ਤੇ ਤਾਜ਼ਾ ਤਾਜ਼ਾ ਭਾਈ ਹੋਰ ਪਿੱਛੇ ਸਮੋਸੇ ਵੀ ਬਣਾ ਰਹੇ ਨੇ ਵੇਖ ਲਓ ਹੈ ਜੀ ਕਿਆ ਬਾਤ ਹੈ ਅਸੀਂ ਰੈਪ ਲਿਆ ਮੈਂ ਜੀ ਰੈਪ ਖਾਵਾਂਗੇ ਵਧੀਆ ਜਿਹਾ ਮਾਸ਼ਾਅੱਲਾ ਜੀ ਰੌਣਕ ਪਹਿਲਾਂ ਹੋਵੇ ਉੱਥੇ ਆਪਣਾ ਫੂਡ ਤੇ ਮਸਤ ਬਣਦਾ ਹੈ ਜੀ ਇਹ ਦੇਖੋ ਸ਼ੀਸ਼ ਕਬਾਬ ਸਾਹਮਣੇ ਹੈ ਜੀ ਕਿਆ ਜ਼ਬਰਦਸਤ ਤੇ ਭਾਈ ਹੋਰ ਸਮੋਸੇ ਵੀ ਮੈਨਿਊ ਵੀ ਬੜਾ ਵਧੀਆ ਜਿਹਾ ਜੀ ਡਾਈਨ ਵਿਦ ਸਾਇਰਾ ਹੈ ਜੀ ਕਹਿੰਦੇ ਜੀ ਡਾਈਨ ਵਿਦ ਸਾਇਰਾ ਮਾਸ਼ਾਅੱਲਾ ਜੀ ਅਸੀਂ ਪਹਿਲੀ ਦਫ਼ਾ ਇੱਥੇ ਆਏ ਹਾਂ ਤੇ ਕਾਫੀ ਇੰਜੋਏ ਕਰ ਰਿਹਾ ਬੌਸ ਵੀ ਆਇਆ ਬੌਸ ਵੀ ਇੰਜੋਏ ਕਰ ਰਿਹਾ ਬੇਟੀ ਵੀ ਇੰਜੋਏ ਕਰ ਰਹੀ ਹੈ ਫੈਮਿਲੀ ਸਾਰੀ ਹੈ ਜੀ ਕਿਆ ਬਾਤ ਹੈ ਜਨਾਬ ਅਜੇ ਤੇ ਹੁਣ ਹੀ ਆਇਆ ਤੇ ਅੱਗੇ ਜਾ ਕੇ ਫਿਰ ਖਾਣ ਪੀਣ ਤੋਂ ਬਾਅਦ ਸਾਡਾ ਪ੍ਰੋਗਰਾਮ ਸ਼ੁਰੂ ਹੋਏਗਾ ਤੇ ਰਾਤ ਵੀ ਹੋ ਗਈ ਹੈ ਮਾਸ਼ਾਅੱਲਾ ਜੀ ਹਨੇਰਾ ਵੀ ਤੁਹਾਨੂੰ ਪਤਾ ਬੜਾ ਛੇਤੀ ਛੇਤੀ ਇੱਥੇ ਪੈ ਜਾਂਦਾ ਬਹੁਤ ਜੀ ਖਾ ਲਓ ਚਿਕਨ ਰੈਪ ਤੁਹਾਡੇ ਵਾਲਾ ਤਾਂ ਨਹੀਂ ਹੋਣਾ ਪਰ ਖਾ ਹੀ ਲਓ ਸਮੈਲ ਨਾਈਸ ਹੈ ਬਹੁਤ ਕਹਿੰਦਾ ਜੀ ਸਮੈਲ ਬੜੀ ਨਾਈਸ ਹੈ ਖਾਓ ਜੀ ਬਹੁਤ ਇੰਜੋਏ ਕਰੋ ਫਿਰ ਅੱਜ ਨਾਲ ਰੌਣਕ ਮੇਲਾ ਤੇ ਨਾਲ ਫੂਡ ਹੈ ਜੀ ਕੈਸਾ ਸਵਾਦ ਹੈ ਵੈਰੀ ਨਾਈਸ ਹੈ ਚਲੋ ਜੀ ਮਾਸ਼ਾਅੱਲਾ ਜੀ ਮੈਂ ਬਹੁਤ ਕਹਿੰਦਾ ਜੀ ਬੜਾ ਵਧੀਆ ਜਿਹਾ ਮੈਂ ਕਿਹਾ ਚਲੋ ਮੈਂ ਹੀ ਮਾੜਾ ਜਿਹਾ ਟਰਾਈ ਕਰ ਲਿਆ ਬਿਸਮਿਲਲਾ ਹਾਂਜੀ ਆਈ ਥਿੰਕ ਇਟਸ ਨਾਈਸ ਇਟਸ ਨਾਈਸ ਚਲੋ ਬੌਸ ਕਹਿ ਦਿੱਤਾ ਹਾਂ ਗੋ ਟੂ ਦ ਯੋਗਾ ਬੇ ਦੇ ਪੁੱਟ ਯੋਗਾ ਔਨ ਇਟ ਹਾਂਜੀ ਤੇ ਮਾਸ਼ਾਅੱਲਾ ਬੜਾ ਸੋਹਣਾ ਜੀ ਮਜ਼ਾਕ ਨਹੀਂ ਕਰਨ ਲੱਗਾ ਤੇ ਵੈਸੇ ਕਹਿ ਰਹੇ ਨੇ ਬੌਸ ਤੁਹਾਨੂੰ ਪਤਾ ਵੀ ਸਾਡੇ ਖਾਣੇ ਵਧੀਆ ਤੇ ਨਾਲ ਮਾਹੌਲ ਹੀ ਬਹੁਤ ਸੋਹਣਾ ਇੱਥੇ ਦਾ ਤੁਸੀਂ ਕਹਿੰਦੇ ਬੌਸ ਨੂੰ ਬਾਹਰ ਨਹੀਂ ਲੈ ਕੇ ਆਂਦਾ ਅੱਜ ਫਿਰ ਅਸੀਂ ਬਾਹਰ ਨਿਕਲੇ ਬੌਸ ਇੰਜੋਏ ਕਰ ਰਹੇ ਹੋ ਯਾ ਆਮ ਅਕਸ਼ੀ ਆ ਵਾਸ ਹੰਗਰੀ ਆ ਲੇਟ ਇੰਜੋਏ ਤਾਂ ਕੋਈ ਨਹੀਂ ਹੋਈ ਆ ਵਾਸ ਹੰਗਰੀ ਆ ਨੀਡਡ ਟੂ ਈਟ ਫਸਟ ਚਲੋ ਜੀ ਇੰਜੋਏ ਵੀ ਕਰਾਵਾਂਗੇ ਬੌਸ ਨੂੰ ਅੱਜ ਰੱਜ ਕਰਾ ਕੇ ਲੈ ਕੇ ਜਾਵਾਂਗੇ ਤੁਹਾਡੇ ਵੀ ਨੇ ਤਾਣੇ ਮੀਣੇ ਖਤਮ ਹੋ ਜਾਣਗੇ ਉਮੀਦ ਹੈ ਨਾ ਹੋਏ ਤੇ ਫਿਰ ਬੌਸ ਨੂੰ ਫਿਰ ਕੱਢ ਲਿਆਵਾਂਗੇ ਬਾਹਰ ਕਿਉਂ ਬੌਸ ਜੀ ਮਾਸ਼ਾਅੱਲਾ ਜੀ ਵੇਖ ਲਓ ਜੀ ਭਾਈ ਹੋਰਾਂ ਜੀ ਗੁੱਡੇ ਛੁੱਡੇ ਵੇਚ ਰਹੇ ਨੇ ਜਿਵੇਂ ਆਪਣੇ ਮੇਲਿਆਂ ਤੇ ਹੁੰਦਾ ਨਾ ਕੰਮ ਉਹੀ ਕੰਮ ਇੱਥੇ ਕਰ ਰਹੇ ਨੇ ਵੇਖ ਲਓ ਸ਼ਾਮ ਦਾ ਟਾਈਮ ਹੋ ਗਿਆ ਲਾਈਟਾਂ ਸ਼ਾਟਾਂ ਬੱਲੀਆਂ ਸ਼ੁਰੂ ਹੋ ਗਈਆਂ ਨੇ ਇੱਧਰ ਬੱਸਾਂ ਵੀ ਆ ਰਹੀਆਂ ਨੇ ਵੇਖ ਲਓ ਹੈ ਕਿਆ ਬਾਤ ਹੈ ਜਨਾਬ ਤੇ ਨਾਲ ਸਫਾਈ ਕਰਨ ਵਾਲੇ ਉਹ ਵੀ ਨਾਲ ਨਾਲ ਨੇ ਗੰਦ ਨਹੀਂ ਪੈਂਦਾ ਰੇ ਰੇ ਅਤੇ ਗੰਦ ਨਹੀਂ ਹੋਣਾ ਚਾਹੀਦਾ ਇੱਥੇ ਖਾਓ ਪੀਓ ਜਿਤਨਾ ਮਰਜ਼ੀ ਹੈ ਜੀ ਤੇ ਬੌਸ ਵੀ ਸਾਡਾ ਉੱਧਰ ਖਾਣਾ ਇੰਜੋਏ ਕਰ ਰਿਹਾ ਖਲੋਤਾ ਮੈਂ ਬਹਿ ਕੇ ਕੀ ਖਾਣਾ ਜੀ ਮੇਲਾ ਤੇ ਟੁਰ ਫਿਰ ਕੇ ਵੇਖਣਾ ਚਾਹੀਦਾ ਚਲੋ ਬਾਊ ਜੀ ਡਰਿੰਕ ਲਾਈਏ ਡਰਿੰਕ ਤਾਂ ਲਿਆਂਦਾ ਕੋਈ ਨਹੀਂ ਕਿਸੇ ਕੋਲੋਂ ਫੜ ਲਿਆਂਗੇ ਕਿਉਂ ਡਰਿੰਕ ਤੋਂ ਬਗੈਰ ਤਾਂ ਗੁਜ਼ਾਰਾ ਨਹੀਂ ਹੋਣਾ ਉਹ ਚਲੋ ਜਦ ਤੱਕ ਉਹਨਾਂ ਦਾ ਆਉਂਦਾ ਅਸੀਂ ਖਾ ਪੀ ਲਿਆਂਗੇ ਜੀ ਖਾਣਾ ਤਾਂ ਅਸੀਂ ਲੈ ਲਿੱਤਾ ਸੀ ਗਲਤੀ ਨਾਲ ਡਰਿੰਕ ਨਹੀਂ ਲਿੱਤਾ ਹੁਣ ਉੱਥੇ ਕਿਊ ਲੱਗੇ ਨੇ ਵੱਡੇ ਵੱਡੇ ਹਾਂਜੀ ਉਹਦੇ ਕਿਊ ਤੋਂ ਬਗੈਰ ਇਹ ਦੇਖੋ ਨਾ ਜੀ ਕਿਆ ਬਾਤ ਹੈ ਜਨਾਬ ਰੇਹੜੀ ਚੱਲ ਰਹੀ ਹੈ ਚੀਜ਼ਾਂ ਵਿਕ ਰਹੀਆਂ ਨੇ ਹਾਂਜੀ ਇੱਧਰ ਵੀ ਭਾਈ ਉਹਨਾਂ ਰੇਹੜੀ ਲਾਈ ਇੱਥੇ ਬੌਸ ਮੇਰਾ ਉਹ ਟੁਰਦਾ ਜਾ ਰਿਹਾ ਕਹਿੰਦਾ ਜੀ ਡਰਿੰਕ ਵਾਲੀ ਦੁਕਾਨ ਲੱਭਣੀ ਹੈ ਕਿਉਂਕਿ ਉੱਥੇ ਕਿਊ 'ਚ ਇੰਤਜ਼ਾਰ ਨਹੀਂ ਹੁੰਦਾ ਗੱਲ ਹੀ ਸਹੀ ਹੈ ਕਿਊ ਐਡਾ ਵੱਡਾ ਤਾਂ ਇੰਤਜ਼ਾਰ ਕੌਣ ਕਰੇਗਾ ਉੱਥੇ
ਬੌਸ ਹੀ ਸਾਡਾ ਛੋਟਾ ਕਿਤੇ ਗਵਾਚ ਹੀ ਨਾ ਜਾਏ ਤਾਂ ਅੱਖ ਰੱਖਣੀ ਪਏਗੀ ਬੌਸ ਨਾਲ ਖਾਂਦਾ ਖਾਂਦਾ ਇੰਜੋਏ ਕਰ ਰਿਹਾ ਇੱਥੇ ਬਹਿਣ ਦੀ ਵੀ ਜਗ੍ਹਾ ਤੁਹਾਨੂੰ ਪਤਾ ਘੱਟ ਘੱਟ ਹੀ ਹੈ ਟਰੈਂਪ ਵੀ ਚੱਲ ਰਹੀਆਂ ਨੇ ਸਪੀਡੋ ਸਪੀਡ ਆਇਆ ਵੈਸੇ ਮਾਹੌਲ ਵਧੀਆ ਜਿਹਾ ਪਹਿਲੀ ਦਫ਼ਾ ਮੈਨੂੰ ਬੇਟਾ ਲੈ ਕੇ ਆਇਆ ਪੂਰੇ ਟੱਬਰ ਨੂੰ ਹਾਂਜੀ ਕਿਹੜੀ ਸ਼ਾਇਦ ਸੁਪਰ ਟਰੱਕ ਚ ਲਾ ਲਈਏ ਚਲੋ ਲੋਕ ਵੀ ਆ ਜਾ ਰਹੇ ਨੇ ਟਰੈਂਪ ਵੀ ਆ ਜਾਂਦੀ ਹੈ ਤੇ ਫਿਰ ਵੀ ਕੋਈ ਨੀ ਅੱਗੇ ਪਿੱਛੇ ਹੁੰਦੇ ਆ ਵੇਖੋ ਬਹੁਤ ਸਾਡਾ ਗਿਆ ਤੇ ਹੈ ਅੰਦਰ ਕੋਈ ਚੀਜ਼ਾਂ ਲੈਣ ਵਾਸਤੇ ਮੈਂ ਜੀ ਡਰਿੰਕ ਲਾਇਆ ਵੱਡੀ ਹੈ ਜਾ ਫੁੱਲ ਹੀ ਰਸ਼ ਹੈ ਜੀ ਫੁੱਲ ਹੀ ਦੇਸੀ ਵਿਲਾਤੀ ਮਾਹੌਲ ਬਿਲਕੁਲ ਇਕੱਠਾ ਇਕੱਠਾ ਇੱਥੇ ਹੈ ਜੀ ਸਾਰੀ ਕਮਿਊਨਿਟੀ ਦੇ ਲੋਕ ਇੱਥੇ ਫਿਰ ਰਹੇ ਨੇ ਕੋਈ ਆਪਣਾ ਕੋਈ ਪਰਾਇਆ ਹੈ ਜੀ ਨਾਲ ਪੁਲਿਸ ਵੀ ਗਰਦਿਸ਼ ਵਾ ਕੋਈ ਨਾ ਮਾੜੀ ਚੰਗੀ ਗੱਲ ਨਾ ਹੋ ਜਾਏ ਹੈ ਜੀ ਆ ਜਾਓ ਤੁਸੀਂ ਮੈਨੂੰ ਇਸ ਪਤਾ ਨਹੀਂ ਕਿਹੜੀ ਸਾਈਡ 'ਤੇ ਜਾਣਾ ਸਿੱਧਾ ਹੀ ਲਿਆ ਭਾਈ ਇੱਧਰ ਲਓ ਭਾਈ ਹਾਰਨ ਵਜਾ ਦੇ ਹਾਰਨ ਤਾਂ ਵਜਾ ਹੀ ਦਿੱਤਾ ਭਾਈ ਹੋਰਾਂ ਜੀ ਬਹੁਤ ਵੱਡੀ ਹੈ ਭਾਈ ਇਹ ਗੁਜ਼ਰਦੀ ਹੋਈ ਇੱਧਰ ਜਾਏਗੀ ਨਾਮ ਨੂੰ ਕਿ ਬੌਸ ਨੂੰ ਭੇਜ ਤਾਂ ਦਿੱਤਾ ਹੁਣ ਲੱਗਦਾ ਉੱਥੇ ਵੀ ਕਿਉਂ ਤੁਹਾਨੂੰ ਪਤਾ ਕਾਫੀ ਹੋਣਾ ਫਿਰ ਬਹੁਤ ਕਹਿੰਦਾ ਜੀ ਫੂਡ ਤੂੰ ਫੜ ਕੇ ਰੱਖ ਤੂੰ ਹਿੱਲਣਾ ਨਹੀਂ ਜੇ ਤੂੰ ਹਿੱਲ ਗਿਆ ਮੈਂ ਗਾਇਬ ਹੋ ਜਾਵਾਂਗਾ ਤੈਨੂੰ ਕਿੱਥੇ ਲੱਭਾਂਗਾ ਮੈਂ ਮੇਰਾ ਕੋਟ ਵੇਖਿਆ ਨਾ ਇਹ ਮੇਰੀ ਨਿਸ਼ਾਨੀ ਹੈ ਹੋਰ ਕਿਸੇ ਨੇ ਨਹੀਂ ਪਾਇਆ ਇਹੋ ਜਿਹਾ ਤੇ ਮੈਂ ਹੀ ਪਾਇਆ ਤੇ ਆਸਤਾ ਆਸਤਾ ਕਰਦੇ ਕਰਾਉਂਦੇ ਸ਼ਾਮ ਦਾ ਵੀ ਟਾਈਮ ਹੋ ਹੀ ਗਿਆ ਜੀ ਤੇ ਅਸਲ ਤੇ ਲੋਕ ਹੁਣ ਆਉਣਾ ਸ਼ੁਰੂ ਹੋ ਗਏ ਨੇ ਲਾਈਟਾਂ ਸ਼ਾਲਾਂ ਵੀ ਬੱਲੀਆਂ ਸ਼ੁਰੂ ਹੋ ਗਈਆਂ ਬਸ ਜੀ ਮੈਂ ਵੀ ਆਖਿਆ ਗਾਇਬ ਹੀ ਹੋ ਗਿਆ ਸ਼ਾਪਿੰਗ ਕਰਨ ਲੱਗ ਪਈ ਸੀ ਯਾ ਸੋ ਦ ਡੋਟ ਇਜ਼ ਸ਼ੈਂਪੂਸ ਇਥੇ ਦੇ ਵਰ ਔਨ ਆਫਰ ਸੋ ਤੋ ਉਸ ਨੇ ਸ਼ੈਂਪੂ ਚਾਹੀ ਕਿੰਨੀ ਆ ਮੈਂ ਇੱਥੇ ਪਰੇਸ਼ਾਨ ਹੋ ਰਿਹਾ ਮੈਂ ਬੌਸ ਗਿਆ ਅੰਦਰ ਗਾਇਬ ਹੀ ਹੋ ਗਿਆ ਦੈਨ ਆ ਸੋ ਟਿਸ਼ੂ ਪੈਕੇਜ ਆ ਪਿਕਡ ਅਪ ਟਿਸ਼ੂ ਪੈਕੇਜ ਓ ਯੂ ਵਾਂਟ ਟੂ ਡਰਿੰਕ ਡਰਿੰਕ ਦਿਓ ਹਣ ਇੰਤਜ਼ਾਰ ਕਰ ਰਿਹਾ ਮੈਂ ਖਾ ਚੁੱਕਿਆ ਆਪਣਾ ਮੋਰ ਟਿਜ ਯੂ ਯਾ ਮੈਂ ਖਤਮ ਕਰ ਚੁੱਕਿਆ ਦਿਸ ਵਾਸ ਅ ਮਾਈਨ ਯੂ ਆਈ ਥਿੰਕ ਯੂ ਇਟ ਅ ਰੋਂਗ ਵਨ ਜਾਦੂ ਹੈ ਬੱਸਾਂ ਵੀ ਜਾ ਰਹੀਆਂ ਨੇ ਇੱਧਰ ਇਹਨਾਂ ਦਾ ਬਣਿਆ ਜੀ ਸਟੇਸ਼ਨ ਜਿੱਥੇ ਟਰੰਪ ਨੇ ਜਾ ਕੇ ਰੁਕਣਾ ਮੈਂ ਤਾਂ ਬੜਾ ਮਾਹੌਲ ਵਧੀਆ ਵਧੀਆ ਜੀ ਲੱਗ ਰਿਹਾ ਜੀ ਕਿਆ ਜ਼ਬਰਦਸਤ ਕਾਫੀ ਕਾਫੀ ਰਸ਼ ਹੋ ਗਿਆ ਜੀ ਜਿਉਂ ਜਿਉਂ ਰਾਤ ਪੈਂਦੀ ਜਾ ਰਹੀ ਹੈ ਲੋਕ ਆਸਤਾ ਆਸਤਾ ਬਾਹਰ ਨਿਕਲਦੇ ਆ ਰਹੇ ਨੇ ਜੀ ਫੂਡ ਇੰਜੋਏ ਕਰਦੇ ਆ ਰਹੇ ਨੇ ਅਸੀਂ ਵੀ ਕਰ ਰਹੇ ਹਾਂ ਰਸ਼ ਬੜਾ ਜਨਾਬ ਰਸ਼ ਬਹੁਤ ਹੀ ਜ਼ਿਆਦਾ ਇੱਥੇ ਕਿਹੜੀ ਚੀਜ਼ ਹੈ ਡੰਪਲਿੰਗ What is my line? Chicken curry dumplings. Chicken curry. Chicken curry dumplings. And I think there's got like cabbage or something there. Nah ji, mera food nahi, mere khana wala food nahi, khali vekho. Nikki eh leya. You had the same? I've already had these before. Acha? It's my second time being here now. Second time? Yeah, I don't need to eat anything. I've tried it all. I need it's all right. There's any... Hot chocolate. No, I don't do hot chocolate. Why? Cha ko nahi, itthe cha le. There's no desi cha. Somewhere. ਚਾਹ ਚਾਹੀਦੀ ਚੱਲ ਫਿਰ ਬਹੁਤ ਦਿਨ ਚਾਹ ਕਾਫੀ ਪਾਣੀ ਤੋਂ ਬਚਾਇਆ ਜੇ ਪਾਣੀ ਬੜਾ ਵਿੱਚ ਵੇ ਗਏ ਚਲੋ 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 ਬਚਾਓ ਬਚਾਓ ਕਰੋ ਵੇਖੋ ਸਲਾਬ ਆਇਆ ਪਾਣੀ ਦਾ ਜੀ ਸਾਰੇ ਜੰਪ ਮਾਰ ਕੇ ਜਾ ਰਹੇ ਨੇ ਫਿਰ ਰਸ਼ ਹੋਈ ਹੈ ਵੀ ਨਾ ਅੱਛਾ ਯੂ ਈਟਨ
I'll have a load of fries. There's only a snack, that first one. That was first one snack? Yeah, first one's a snack. Yeah, so I'm gonna get loaded fries. I didn't have it last time, innit? Uh-huh. I've got the normal chicken gyro. Chicken gyro. What's the food called? What's the Greek food? Greek food, yeah. Hello, ji. Greek food. Nika kya tha khana? Maine ha khaa chuke hai. Aada nahi. Wo the starter se. Heavy starter hi hai? No, no. I think after this, I should be alright. Should be alright. Should be alright. Chalo ji. Chalo Greek food hi dekh lende hai. Idhar bhi chida chida chal rahi hai ne. ਨਿੱਕੀ ਕਹਿੰਦੀ ਇਧਰੋਂ ਕੋਈ ਸ਼ਹਿਰ ਲੈ ਕੇ ਖਾਣੀ ਹੈ ਮੈਂ ਜੀ ਖਾ ਲਓ ਇਧਰੋਂ ਵੀ ਲੈ ਕੇ ਤੇ ਸਾਰੇ ਕਿਊ ਚ ਲੱਗੇ ਨੇ ਆਪਣਾ ਆਪਣਾ ਫੂਡ ਲੈਣ ਵਾਸਤੇ ਸਰ ਵਾਸ ਦਿਸ ਚਿਕਨ ਲੋਡਡ ਫ੍ਰਾਈਜ਼ ਚਿਕਨ ਲੋਡਡ ਫ੍ਰਾਈਡ ਫ੍ਰਾਈਡ ਫ੍ਰਾਈਜ਼ ਟ੍ਰਾਈ ਇਜ਼ ਇਟ ਨਾਈਸ ਆ ਵੈਰੀ ਗੁੱਡ ਟ੍ਰਾਈ ਇਜ਼ ਇਟ ਨਾਈਸ ਟ੍ਰਾਈ ਚਿਕਨ ਗੋ ਗੋ ਆਈ ਕੈਨ ਈਟ ਐਨੀ ਮੋਰ ਚਿਕਨ ਆਮ ਚਿਕਨ ਡਨ ਚਿਕਨ ਡਨ ਬਟ ਯੂ ਵਾਂਟ ਸਮ Chips have got well, like no. fries maybe. Go grab one, go grab one. No, I'm not grabbing. Do you want me to go grab you one? Yeah. Give me a taste, give me a taste. With just a little bit, just a bit. Yeah. If they give me better forks in it, it'll be a bit better. Give me chips. Give you chips. No, please, no, thank you. Adha, please, thank you. Food count to baad on that. Nah, ji, meri kind of food nahi hai. You enjoy your food? Yeah, I will. You enjoy it? Yeah, yeah. Kind? You enjoy your food, Faisal? I will. In public, eh? I don't care who watches. I don't care who watches. You wanna enjoy it? Khao ji, khao. Cut him, khao. Oh, thoda. Dig it in there. You want anything else to eat? Let me eat this and I'll decide afterwards. You'd want to decide afterwards. Chalo ji, you want to decide afterwards. Theek ho gaya. That's supposed to be closing down soon. 6 o'clock. 6 o'clock? Achha ji. 6 o'clock. Chayo hai nahi aage? Nah, I think it's only half four, yeah. Achha, main to samjhane ra paya gaya. Chayo ho gaya na kada ji. 6 baje band hoegi. Main kaha chalo, khair hai. Enjoy kar lende hain assi. ਅਸੀਂ ਕੋਈ ਹੋਰ ਚੀਜ਼ ਲੈ ਕੇ ਖਾਵਾਂਗੇ ਸਾਨੂੰ ਚੱਲ ਫੈਸਲ ਖਾਂਦਾ ਉੱਥੇ ਚੱਲਦੇ ਜਾਂਦੇ ਅਸੀਂ ਜੀ ਰਸ਼ ਕਾਫੀ ਹੋ ਗਿਆ ਰਾਤ ਦਾ ਸੀਨ ਹੋ ਗਿਆ ਵੇਖੋ ਮੈਂ ਜੀ ਹੁਣ ਆਏ ਵੀ ਹਾਂ ਹੁਣ ਚਿਪਸ ਚਿਪਸ ਹੀ ਖਾ ਲਈ ਹੈ ਜੀ ਫੈਸਲ ਕਹਿੰਦਾ ਜੀ ਚਲੋ ਤੁਹਾਨੂੰ ਚਿਪਸ ਵੀ ਖਵਾ ਦਿੰਦੇ ਇੱਥੇ ਉਹ ਸਾਹਮਣੇ ਜਾਣਾ ਜੀ ਕਿਊ ਚ ਨਿਕਲਦੇ ਹੋਏ ਜਾਵਾਂਗੇ ਵੇਖਦੇ ਹਾਂ ਕੀ ਬਣਦਾ ਹੈ ਇੱਧਰ ਤੇ ਦੂਸਰਾ ਫੂਡ ਚੱਲ ਰਿਹਾ ਹੈ ਦੇਖੋ ਜੀ ਫਾਈਨਲੀ ਜੀ ਸਾਡਾ ਵੀ ਨੰਬਰ ਆ ਹੀ ਗਿਆ ਹੈ ਮਾਸ਼ਾਅੱਲਾ ਆਪਣੇ ਭਾਈ ਮਿਲ ਗਏ ਨੇ ਇੱਥੇ ਵੇਖ ਲਓ ਵਧੀਆ ਜਿਹਾ ਕੰਮ ਪਾਇਆ ਸਲਾਮ ਅਲੈਕੁਮ ਜਨਾਬ ਵਾਲੇਕੁਮ ਸਲਾਮ ਸਰਕਾਰ ਕੀ ਹਾਲ ਹੈ ਆਵਾਮ ਨੂੰ ਖਵਾ ਰਹੇ ਚਿਪਸ ਆਵਾਮ ਨੂੰ ਖਵਾ ਰਹੇ ਚਿਪਸ ਕਿਹੜੇ ਲੱਗਦੇ ਪਾਕਿਸਤਾਨ ਇਹ ਭਾਈ ਇੰਡੀਆ ਇੰਡੀਆ ਤੇ ਇਹ ਭਾਈ ਜਿਹੜੇ ਨੇਪਾਲ ਨੇਪਾਲ ਦੇ ਵੇਖ ਲਓ ਮੰਡੀ ਬਾਵਲ ਦੀ ਇਹਦੇ ਕਿਆ ਬਾਤ ਹੈ ਜਨਾਬ ਆਵਾਮ ਦੀ ਸੇਵਾ ਆਵਾਮ ਬੜੀ ਪਸੰਦ ਕਰ ਰਹੀ ਹੈ ਕਿਉਂ ਦੇ ਕਿਉਂ ਲੱਗੇ ਨੇ ਇੱਥੇ ਤੇ ਮਾਸ਼ਾਅੱਲਾ ਵਧੀਆ ਜੀ ਮੈਨ ਵੀ ਆਰ ਮੋਰ ਦੈਨ 7 ਬ੍ਰਾਂਚਸ ਮਾਸ਼ਾਅੱਲਾ ਕਿਹੜੇ ਇਲਾਕੇ ਚ ਬੋਲਟਨ ਗਾਰਡਨ ਚਰਟਨ ਨਿਊ ਓਪਨਿੰਗ ਇਨ ਬਲੈਕਬਰਨ ਅੱਛਾ ਮੈਨਚੈਸਟਰ ਪਿਕਾਡਲੀ ਮੈਨਚੈਸਟਰ ਫੋਰਟ ਐਂਡ ਨਿਊ ਬਰੀ ਰੋਡ ਸਲਫਾ ਕੀ ਬਾਤ ਹੈ ਜਨਾਬ ਤੇ ਸਵਾਦ ਹੀ ਬੜਾ ਵਧੀਆ ਜਿਹਾ ਵੇਖ ਲਓ ਹੈ ਜੀ ਕੀ ਰੌਣਕ ਲਾਈ ਐਂਡ ਵੀ ਮਾਰਕਰ ਸਟਾਰਟਿੰਗ ਗਾਇਸ ਥੀਸ ਆਰ ਬ੍ਰਾਂਚਸ ਅੱਛਾ ਇਹ ਤੁਹਾਡੇ ਬ੍ਰਾਂਚਸ ਨੇ ਮਾਸ਼ਾਅੱਲਾ ਵੇਖ ਲਓ ਜੀ ਜਿੱਥੇ ਰੌਣਕ ਮੇਲਾ ਹੋਇਆ ਆਪਣੇ ਹੋਣੇ ਚਾਹੀਦੇ ਨੇ ਦੁਕਾਨ ਤੇ ਅਸੀਂ 5 ਲਾਈ ਖੜੇ ਕਰ ਰੱਖਿਆ ਹੋਰ ਤਾਂ ਰਸ਼ ਬੜਾ ਲੱਗਾ ਇੱਥੇ ਜੀ ਰਸ਼ ਬਹੁਤ ਇਹ ਵੀ ਘੱਟ ਆਏ ਦੁਕਾਨ ਵੱਡੀ ਹੁੰਦੀ ਦਾ ਠੀਕ ਹੈ ਜਨਾਬ ਫਿਰ ਆਵਾਂਗੇ ਤੁਹਾਡੀ ਸੇਵਾ ਹਾਸਲ ਕਰਾਂਗੇ ਔਰ ਖਾਂਦੇ ਆ ਗਰਮਾ ਗਰਮ ਚਿਪਸ ਬਹੁਤ ਸ਼ੁਕਰੀਆ ਇਮਰਾਨ ਖਾਨ ਜਿੰਦਾਬਾਦ ਹੁਣ ਆਏ ਵੀ ਹਾਂ ਹੁਣ ਖਾਈਏ ਪੀਏ ਵੀ ਨਾ ਫਿਰ ਇੱਥੇ ਆਉਣ ਦਾ ਫਾਇਦਾ ਵੀ ਕੋਈ ਨਹੀਂ ਬਿਸਮਿਲਲਾ ਬੜੇ ਕ੍ਰਿਸਪੀ ਕ੍ਰਿਸਪੀ ਤੇ ਬੜੇ ਸੋਹਣੇ ਸੋਹਣੇ ਭਾਈ ਹੋਰ ਕਹਿੰਦੇ ਤਿੰਨ ਮੁਲਕ ਇਕੱਠੇ ਇੱਕ ਢਾਬੇ ਦੇ ਅੰਦਰ ਕੰਮ ਕਰ ਰਹੇ ਹਾਂ ਤੇ ਬੜਾ ਕਿਊ ਲੱਗਾ ਸੀ ਬੜਾ ਲੋਕ ਇੰਜੋਏ ਕਰ ਰਹੇ ਸੀ ਪਰ ਸਭ ਨਹੀਂ ਖਾਣੇ ਹਮਾਰਾ ਇਹ ਇਹ ਬਹੁਤ ਵੀ ਖਾਦੇ ਨੇ ਅਲੀ ਦਫਾ ਹੈ ਜਨਾਬ ਇੱਥੇ ਥੈਂਕਸ ਟੂ ਫੈਸਲ ਲੈ ਕੇ ਆਇਆ ਇੰਜੋਏ ਕਰ ਰਹੇ ਹਾਂ ਤੁਸੀਂ ਵੀ ਆਓ ਲੋਕ ਆ ਰਹੇ ਨੇ ਵੇਖ ਰਹੇ ਨੇ
ਦੇਸੀ ਭਰਾ ਕੀ ਖਾਣ ਲੱਗਾ ਸਾਰੇ ਹੀ ਇੰਜ ਖਾ ਰਹੇ ਨੇ ਬਹਿਣ ਦੀ ਜਗ੍ਹਾ ਹੀ ਕੋਈ ਨਹੀਂ ਇੱਥੇ ਮਾਸ਼ਾਅੱਲਾ ਜੀ ਫੈਮਿਲੀ ਡੇ ਆਊਟ ਇੰਜੋਏ ਫੁੱਲ ਮਜ਼ੇ ਲਿਓ ਨਾ ਨਹੀਂ ਖਾਣਾ ਬਹੁਤ ਕਹਿੰਦੇ ਮੈਨੂੰ ਪਸੰਦ ਕੋਈ ਨਹੀਂ ਬਸ ਸਾਹਿਬ ਲਿਓ ਖਤਮ ਕਰਨਾ Yeah, we've been cut with sauces yeah, went everywhere. Sauce is khair hai, jithe marzi jayega sauce. Faisal, waise bhi chips pasand karta hai. Khula kho. It looks crispy when people are cutting. Haan, Faisal, what's the taste like? Potatoes. Haan ji? Potatoes, exactly. Potatoes. Kehna ji, taste like potato. It's good though. ਤੇ ਹੋਰ ਕੀ ਹੋਏਗਾ ਟੇਸਟ ਲਾਈਕ ਪੋਟੇਟੋ ਹੀ ਹੋਏਗਾ ਨਾ ਜੀ ਯੈਸ ਗੁੱਡ ਟੂ ਇਜ਼ ਗੁੱਡ ਮਾਸ ਕਹਿੰਦਾ ਜੀ ਚੋਕਲੇਟ ਸ਼ੋਕਲੇਟ ਖਾ ਲਈਏ ਮੈਂ ਚਲੋ ਜੀ ਚੋਕਲੇਟ ਖਾ ਲੈਂਦੇ ਨੇ ਉੱਤੇ ਹਲਾਲ ਲਿਖਿਆ ਜਾਣਾ ਸਾਹਮਣੇ ਇਸ ਤੋਂ ਪਹਿਲਾਂ ਤੁਸੀਂ ਕਹੋ ਜਨਾਬ ਫਾਇਰ ਬੜੀਆਂ ਵਧੀਆ ਵਧੀਆ ਕੀਮਤ ਹੀ ਬੜੀ ਮੁਨਾਸਿਬ ਹਾਂਜੀ ਬਾਬੂ ਜੀ ਕੈਸਾ ਸਵਾਦ ਹੈ ਮੈਂ ਸਿੱਖ ਹੋ ਜਾਏਗੀ ਸਿੱਖ ਫੀਲਿੰਗ ਹੋਏ ਜੀ ਕੰਮ ਖਰਾਬ ਹੈ ਵੀ ਦੂਰ ਆ ਨੇੜੇ ਤੇੜੇ ਤਾਂ ਹੈ ਵੀ ਨਹੀਂ ਹੋਰ ਕਿੰਨੇ ਰਹਿ ਗਏ ਨੇ ਦੋ ਆਉਂਦੇ ਸਨ ਇੱਕ ਹੀ ਖਾਧਾ ਇੱਕ ਰਹਿਣ ਦਿਓ ਸੁਬਹ ਨਾਸ਼ਤੇ ਨਾਲ ਖਾਵਾਂਗੇ ਕੋਈ ਗੱਲ ਨਹੀਂ ਚਲੋ ਡਰਿੰਕ ਲਿਆਉਂਦੇ ਚੂਰਸ ਚੂਰਸ ਵਿਦ ਚੋਕਲੇਟ ਸੌਸ ਖਲੋਣੇ ਵੇਚਣ ਵਾਲੇ ਬਿਲਕੁਲ ਨੀ ਹੈ ਜੀ ਆ ਜਾ ਬੱਚਿਆਂ ਨੂੰ ਵੀ ਨਾਲ ਲੈ ਕੇ ਉਹ ਖਲੋਣੇ ਛਲੋਣੇ ਵੀ ਦਿਓ ਉਹਨਾਂ ਨੂੰ ਪੰਗੂੜੇ ਵੇਖੋ Very nice. £10 for this. Very nice. Very cheap. ਕਹਿੰਦਾ ਜੀ 10 ਪਾਉਂਡ ਦਾ ਮੈਂ ਜੀ ਬਹੁਤ ਸਸਤਾ ਹੈ 6 ਹੋ ਗਏ ਨੇ ਕਹਿੰਦਾ ਜੀ ਸ਼ਾਪਿੰਗ ਸੈਂਟਰ ਚੋਂ ਬਾਹਰ ਨਿਕਲੋ ਅੰਦਰ ਵੜਨ ਲੱਗੇ ਸੀ ਮੈਂ ਜੀ ਬਾਹਰ ਨਿਕਲੋ ਕਿੱਧਰ ਮੂੰਹ ਚੱਕ ਕੇ ਆ ਰਹੇ ਬਾਹਰ ਵਾਲਾ ਮਾਹੌਲ ਇੰਜੋਏ ਕਰੋ ਫਿਰ ਮੈਂ ਤਾਂ ਬੋਸ ਬਾਹਰ ਹੀ ਨਿਕਲ ਆਇਆ ਮੈਂ ਚਲੋ ਬਾਹਰ ਹੀ ਫਿਰ ਉਧਰੋਂ ਤੇ ਅਸੀਂ ਹੋ ਕੇ ਆ ਗਏ ਰਸ਼ ਵਾਹ ਵਾਹ ਹੀ ਲੱਗਾ ਚਲੋ ਬਾਬੂ ਜੀ ਹੁਣ ਇੱਧਰ ਚਲੋ ਇੱਥੇ ਹੋਣੇ ਨੇ ਇਹ ਕਿਹੜੀ ਸ਼ਾਇ ਕੇਕ ਪੈਨ ਕੇਕ ਇਹ ਤਾਂ ਨਹੀਂ ਪੈਨ ਕੇਕ ਇਹ ਤਾਂ ਕੋਈ ਸਵੀਟਾਂ ਵਾਲੀ ਜਗ੍ਹਾ ਬਾਬੂ ਜੀ ਪੈਨ ਕੇਕ ਵਾਲੀ ਜਗ੍ਹਾ ਤਾਂ ਹੈ ਨਹੀਂ ਹੈ ਅੱਗੇ ਕਿਧਰੇ ਹੋਣਗੇ ਚਲੋ ਲੱਭ ਹੀ ਲਿਆਂਗੇ ਉਹ ਅਗਲੀ ਸਾਈਡ 'ਤੇ ਹੋਣਗੇ ਮੈਂਚੈਸਟਰ ਹਾਂਜੀ ਬਾਬੂ ਜੀ ਬਹੁਤ ਲੱਭ ਰਿਹਾ ਜੀ ਤੇ ਉਹ ਕਿਤੇ ਗਏ ਨੇ ਇੱਧਰ ਕਹਿੰਦੇ ਅਸੀਂ ਕੋਈ ਚੀਜ਼ਾਂ ਲੈਣੀਆਂ ਨੇ ਤੂੰ ਤੇ ਬਾਬੂ ਇੱਧਰ ਹੀ ਖਲੋਵੋ ਭੈਣ ਭਰਾ ਕਿਤੇ ਗਏ ਨੇ ਤੇ ਬਾਬੂ ਫੋਨ ਕੀਤਾ ਬਈ ਕਿੱਧਰ ਗਾਇਬ ਹੋ ਗਿਆ ਸਾਨੂੰ ਇੱਥੇ ਛੋੜ ਕੇ ਮਾਸ਼ਾਅੱਲਾ ਜੀ ਲਾਈਟਾਂ ਬਲਦੀਆਂ ਗੱਡੀਆਂ ਸੋਹਣੀਆਂ ਲੱਗਦੀਆਂ ਨੇ ਇਸ ਇਲਾਕੇ ਦੇ ਅੰਦਰ ਹੈ ਜੀ ਇਹ ਜੀ ਦੂਸਰਾ ਇਲਾਕਾ ਮੈਂਚੈਸਟਰ ਦਾ ਪਤਾ ਮੈਨੂੰ ਵੀ ਗਣੀ ਕਿਹੜਾ ਇਲਾਕਾ ਹੈ ਜੀ ਕੀ ਇੱਥੇ ਸੰਡੇ ਸੌਣ ਦੀ ਕੀ ਲੋੜ ਹੈ ਬੋਸ ਕਹਿੰਦਾ ਜੀ ਇੱਥੇ ਸੰਡੇ ਵੀ ਨਹੀਂ ਸੌਂਦੇ ਮਾਹੌਲ ਵਾਹ ਵਾਹੀ ਹੈ ਜਨਾਬ ਵੇਖ ਲਓ
लोग आवाम आ जा रही है, खा पी रही है। हेलो जी, किधर उधरों आन लगे हुए? बिल्कुल जी, देखो ना फोन हो गया, फोन हो गया, चक्को आवाम कह रही होनी। चलिए वापस। मिनी पैनकेक्स, yeah, that's they fine. Have to be quick, they can't be like five or five. Yeah, I can see them. How fast was the chase line? Nice. I've had everything before. You had it? Ask me. Yeah, this sort's had everything before. You know, having it? I've tried it. Khao na ji. Sugar nahi hundi, koi nahi, aaj khaan peen aayo. Sugar, I'm definitely gonna get sugar. Sugar aayi, koi nahi hunda ek din khaan na. You want one? Nah, I'm alright actually. Yeah, you eat, you enjoy it. हर चीज बंद हो गई है जी, टाउन इन्हों का दुकाना शकाना बंद हो गई ने। मैं चलो हूँ आए जो है भी नज़ारा वेख ही लें। वेखो कोई फोटो छिक रहा, कोई की बना रहा है जी, क्या बात है। वैसे कि बड़ा रश ही चलिया सी असी इतने, हूँ तो दुकाना शकाना बंद। You eating some more food? वैसे इशो खा, इतना खाता पीता, जिधर भी जाने बाथरूम टोलटा बंद रहे वापस आ गए। माहौल है जी, देख लो बड़ी स्मेल आ रही है। गड्डी किथे खलोती है? फाइनली जी असि सारे घर लैंड हो गए। खैर खरी है ना, ते उम्मीद है तुसों थोड़ा बहुत इंजॉय ते कीता ही होना। माड़ा चंगा जिहड़ा सी तुहाडे नाल शेयर कीता जनाब, ते असीं ते बहुत ही इंजॉय कीता, तुसीं करो ना करो। ते बड़े थके जनाब, थक गए हां फिर के हां जी, खा के किधर रेस्टोरेंट गए नहीं, क्योंकि असीं खा ही उत्थे बथेरा लिया सी, ते पेट जगह को नहीं सी वैसे, ते नहीं ते असीं किधर टुर भी जाना सी। चलो अगली दफा जावांगे इंशाअल्लाह, ते उम्मीद है तुहाडे नाल मुलाकात तो होंदी रहेगी जी। मैं बड़ा थकिया, तो फैमिली बड़ी थकी है, तो मैनू दिओ इजाजत, जिंदगी रही ते फिर तुहाडा सिर खाण आवांगे। अल्लाह हाफिज़।